ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਭਾਉ, ਉਸ ਨੂੰ ਸੁਖ ਨ ਉਪਜੈ, ਭਾਵੇਂ 100 ਗੇੜਾ ਆਵੋ ਜਾਉ। ਉਹਨਾਂ ਸੁਖ ਖਾਤਰ ਜਿਹੜਾ ਹੈਗਾ ਹਰ ਸੰਸਾਰ ਦਾ ਆਦਮੀ ਹੈ, ਸੁਖ ਭਾਗ ਹੈ। ਸੋਹਤ ਰਸਾ ਸਿਰੇ ਤੇ ਗੰਢ, ਜਿੰਨਾ ਵੀ ਕੁਝ ਆਪਾਂ ਕਰਦੇ ਸੁਖ ਵਾਸਤੇ ਹੀ ਕਰਦੇ। ਕੇ ਸੁਖ ਕੋ ਚਾਹੇ ਸਦਾ, ਪਤਾ ਸੀ ਵੀ ਸਾਰੇ ਸੁਖ ਚਾਹੁੰਦੇ ਨੇ। ਛੜ ਨਾਮ ਕੀ ਲੈ, ਰਾਮ ਦੀ ਛੜ ਲੈ ਲੈ, ਗੱਲੇ ਇੱਕ ਪੰਕਤੀ ਚ ਬਕਾਤੀ ਦੋਵੇਂ ਪਾਸ਼ਾ ਨੇ ਕੀ। ਉਹੀ ਹੈ ਸਤਿਗੁਰ ਕੀ ਪ੍ਰਤੀਤ ਨਾ ਆਈਆ, ਤੂੰ ਇਸ ਗੱਲ ਦੀ ਪ੍ਰਤੀਤ ਹੀ ਨਹੀਂ ਨਾ ਆਈ। ਜੇ ਸੁਖ ਕੋ ਚਾਹੇ ਸਦਾ, ਛੜ ਨਾਮ ਕੀ ਲੈ, ਤੇ ਭਰੋਸਾ ਨਹੀਂ ਕੀਤਾ। ਪਰ ਇਹ ਸ਼ਬਦ ਨਾਲ ਉਹਦਾ ਭਾਉ ਪ੍ਰੇਮ ਨਹੀਂ ਲੱਗਿਆ ਵੀ ਹਾਂ ਵੀ ਕਰਤਾ ਠੀਕ। ਇਹ ਸ਼ਬਦ ਤਾਂ ਉਹਨੇ ਵਿਸ਼ਵਾਸ ਹੀ ਨਹੀਂ ਕੀਤਾ, ਉਹਨੂੰ ਸੁੱਖ ਨਹੀਂ ਹੋ ਸਕਦਾ। ਉਸ ਨੂੰ ਸੁੱਖ ਨੂੰ ਪੁਜਾ ਉਹਦੇ ਪੈਦਾ ਹੋ ਕੇ ਸਿਮਰੇ, ਭਾਵੇਂ 100 ਗੇੜਾ ਆਵੋ ਜਾਓ। 100 ਗੇੜਾ ਆਵੋ ਜਾਓ ਉਹਦਾ ਮਤਲਬ ਇਹ ਨਹੀਂ ਹੈਗਾ ਇੱਥੇ ਬਈ ਉਹ ਹੋਰ ਜੁਰਮ ਵਿੱਚ ਫਿਰੇ। ਉਹ ਕਹਿੰਦੇ ਆਦਮੀ ਦੀ ਜੂਨ ਚ ਰਹੇ ਔਰ ਸਿੱਖਾਂ ਦੇ ਘਰੇ ਪੈਦਾ ਹੋਵੇ ਚਾਹੇ। 100 ਵਾਰ ਇਹ ਗੱਲ ਸੁਣ ਲਵੇ 100 ਜਨਮ ਚ, ਜਿੰਨਾ ਚਿਰ ਉਹਨੂੰ ਭੋ ਇਹ ਗੱਲ ਦੀ ਪ੍ਰਤੀਤ ਨਹੀਂ ਆਉਂਦੀ, ਸਤਿਗੁਰ ਗੁਰਬਾਣੀ ਨੂੰ ਸੱਤ ਸੱਤ ਕਰਕੇ ਮੰਨਦਾ ਨਹੀਂ, ਗੁਰਬਾਣੀ ਦੇ ਉਪਦੇਸ਼ ਰਾਹ ਉਹਦੇ ਉਹਦਾ ਪ੍ਰੇਮ ਨਹੀਂ ਹੁੰਦਾ, ਉਹਨੂੰ ਸੁਖ ਨਹੀਂ ਹੋ ਸਕਦਾ। ਇਹ ਗੱਲ ਸਿੱਖਾਂ ਨੇ ਕਹਿ ਲਈ, ਸਿੱਖਾਂ ਨੇ ਸੁਣ ਲਈ, ਅਸਰ ਕੀ ਕੀਤਾ? ਬਸ ਪੰਤਾਲਾ ਉੱਥੇ ਹੀ ਹੈ, ਠੀਕ ਹੈ, ਮੱਥਾ ਟੇਕਦੇ ਹਾਂ ਸਰਮਥੇ, ਪੰਤਾਲਾ ਉੱਥੇ ਹੀ ਹੈ। ਹਾਂਜੀ, ਨਾਨਕ ਗੁਰਮੁਖੀ ਸਹਿਜ ਮਿਲੈ, ਸੱਚੇ ਸਿਉ ਲਿਵ ਲਾਉ। ਨਾਨਕ ਕਹਿੰਦਾ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਗੁਰਮੁਖ ਕੌਣ ਹੁੰਦਾ? ਗੁਰਮੁਖ ਉਹ ਹੈ ਜਿਹਨੂੰ ਆ ਗਈ ਅਰ ਸ਼ਬਦ ਨਾਲ ਭਾਉ ਲੱਗ ਗਿਆ, ਉਹ ਗੁਰਮੁਖ ਹੈ। ਪੁਤਲੀ ਪੰਕਤੀ, ਪੁਤਲੀ ਪੰਕਤੀ ਨੂੰ ਜਿਹਨੂੰ ਪ੍ਰਤੀਤ ਆ ਗਈ ਸਤਿਗੁਰ ਤੇ, ਸਤਿਗੁਰ ਨੇ ਜੋ ਕਿਹਾ ਔਰ ਉਹਦੇ ਉਪਦੇਸ਼ ਨਾਲ ਉਹਦਾ ਹੋ ਗਿਆ ਗੱਲ ਨਾਲ, ਸੱਤ ਸੱਤ ਕਰਕੇ ਮੰਨ ਲਈ, ਉਹ ਗੁਰਮੁਖ ਹੈ। ਉਹਦੇ ਅੰਦਰ ਸਹਿਜ ਪੈਦਾ ਹੁੰਦਾ ਹੈ, ਉਹਦੇ ਅੰਦਰ ਉਹਦਾ ਮਨ ਟਿਕਦਾ ਹੈ, ਉਹਦੀ ਭਟਕਣਾ ਮੁਕਦੀ ਹੈ। ਸੱਚੇ ਸੋਨੇ ਬੁਲਾਏ, ਉਹ ਸੱਚਾ ਕੌਣ? ਦੇਖੋ ਸੱਚਾ ਕੌਣ? ਮਨ ਝੂਠਾ, ਮਨ ਝੂਠਾ ਕੰਮ ਜੋ ਹੋਇਆ, ਅੰਤਰ ਆਤਮਾ ਸੱਚੀ ਹੈ। ਆਪਾਂ ਪ੍ਰਾਤਮਾ ਆਰਾ ਦਿੱਤੇ ਆਪਾਂ ਗੁਰਦਿਆਂ ਨੂੰ ਗੁਰਬਾਣੀ ਚ, ਜੇ ਕਰਮਾਨ ਉਹ ਆਪਣੇ ਅੰਦਰ ਆਪਣੇ ਅੰਤਰਾਤਮਾ ਦੇ ਨਾਲ ਜੁੜ ਜਾਂਦਾ, ਇੱਕ ਹੋ ਜਾਂਦਾ ਅੰਤਰਾਤਮਾ ਦੇ ਆਸਰੇ, ਉਹਦੇ ਨਾਲ ਲਿਪ ਜੋੜ ਕੇ ਰਹਿੰਦੇ ਵੀ ਜੋ ਪਰਮੇਸ਼ਰ ਕਰ ਰਿਹਾ ਠੀਕ ਕਰ ਰਿਹਾ, ਜੋ ਹੋ ਰਿਹਾ ਠੀਕ ਹੀ ਹੋ ਰਿਹਾ। ਹਾਂਜੀ, ਮਹੱਲਾ ਤੀਜਾ। ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਆ ਜਨਮ ਮਰਨ ਦੁਖ ਜਾਏ, ਤੈਸਾ ਮੂਲ ਨਾ ਹੋਵਈ, ਹਉਮੈ ਸ਼ਬਦ ਜਲਾਈ। ਦੇਖੋ ਗੱਲ ਉਹਨਾਂ ਨੇ ਆਪਣੇ ਮਨ ਨੂੰ ਕਹੀ ਹੈ, ਪਰ ਹੈ ਸਾਰੇ ਸਿੱਖਾਂ ਦੇ ਉੱਤੇ ਲਾਗੂ। ਗੱਲ ਤਾਂ ਚਾਹੇ ਆਪਣੇ ਮਨ ਨਾਲ ਕਰਸ ਕੀਤੀ ਹੈ, ਇਹ ਮਨ ਐਸਾ ਸਤ ਖੋਜ ਲਓ, ਉਹਨਾਂ ਨੇ ਤਾਂ ਖੋਜ ਲਿਆ, ਜਿਹਦੀ ਆ ਬਾਣੀ ਉਹਨੂੰ ਤਾਂ ਮਿਲ ਗਿਆ, ਤਾਂ ਖੋਜਦਾ ਫਿਰਦਾ ਸੀ। ਉਹ ਤੀਜੇ ਸਤਿਗੁਰੂ ਦੀ ਬਾਣੀ ਹੈ, ਗੁਰੂ ਅਮਰਦਾਸ ਦੀ ਖੋਜਦਾ ਹੀ ਸੀਗਾ, ਖੋਜਦਾ ਸੀ ਕੀ ਗਿਆ। ਇਹ ਮਨ ਐਸਾ ਸਤਿਗੁਰ ਖੋਜ ਲਓ, ਆਪ ਤਾਂ ਖੋਜ ਲਿਆ, ਦੂਜਿਆਂ ਨੂੰ ਕਹਿ ਰਿਹਾ। ਪੰਕਤੀ ਪਈ ਹੈ ਗੁਰਬਾਣੀ ਚ, ਜਿਤ ਖੋਜ ਰਹੇ ਨੇ ਸਿੱਖਾਂ ਹੈਗੇ ਨੇ ਬੰਦੇ ਚੰਗੇ, ਉਹਨਾਂ ਨੂੰ ਖੋਜ ਕੇ ਉਹਨਾਂ ਨੂੰ ਉੱਪਰ ਲਿਆ ਕੇ ਉਹਨਾਂ ਦੀ ਇੱਕ ਇਕੱਠੀ ਸੰਗਤ ਬਣਾ ਕੇ ਉਹ ਤੋਂ ਲਾਹਾ ਲੈ ਰਹੇ ਨੇ। ਕੋਡੀ ਕੱਟੇ ਲੜਾਤਾ ਸਭ ਕੁਝ ਕਿਹਾ ਹੋਇਆ, ਚੌਧਰੀਆਂ ਨੇ ਚੌਧਰ ਖਾਤਰ, ਦੁਨੀਆਂ ਦੀ ਵਿਜਾਈ ਖਾਤਰ, ਸਗੋਂ ਸੰਕਾਰੀਆਂ ਨੇ ਕਬਜ਼ਾ ਕਰ ਲਿਆ ਗੁਰਦੁਆਰਿਆਂ ਤੇ, ਵੀ ਇਹਨਾਂ ਪੰਕਤੀਆਂ ਨੂੰ ਲਕੋਲ ਦੱਸੋ ਹੀ ਨਾ। ਐਸਾ ਸਤਿਗੁਰ ਖੋਜ ਲਓ, ਜਿਤ ਸੇਵੀਏ ਜਨਮ ਵਰਨਾ ਦੁੱਖ ਜਾਏ,
ਸੇਵੀ ਦਾ ਮਤਲਬ ਉਹਦੇ ਆਖੇ ਦੀ ਕਹੇਗੀ ਸੇਵਾ ਉਹਨੇ ਕੀ ਹੈ ਸੰਸਾਰ 'ਚ ਸੇਵਾ ਕੀ ਹੁੰਦੀ ਹੈ ਸੇਵਾ ਹੁੰਦੀ ਹੈ ਦੂਜੇ ਦਾ ਆਤਮਿਕ ਤੌਰ ਤੇ ਭਲਾ ਹੋਵੇ ਆਤਮਿਕ ਸਿੱਧਾ ਰਸਤਾ ਦੱਸਣ ਦੇ ਆਤਮਿਕ ਸੁਰਤੀ ਨੂੰ ਮਿਲੇ ਕੀ ਜੋ ਮਾਈਂਡ ਜੀ ਪੈਦਾ ਹੋਵੇ ਉਹ ਸੇਵਾ ਕਿਸੇ ਦੀ ਠੀਕ ਹੈ ਤੇ ਸਾਨੂੰ ਧੰਨ ਦੌਲ ਇਹ ਸੇਵਾ ਨਹੀਂ ਹੈ ਪੀਸ ਪੁਆਇੰਟ ਜੀ ਦਾ ਉਹ ਤਾਂ ਉਹਨੂੰ ਮਿਲ ਜਾਏ ਉਹ ਦੀ ਸੇਵਾ ਜਨਮ ਮਰਨ ਦੁੱਖ ਜਾਏ ਹਾਂਜੀ ਸਹਿਸਾ ਮੂਲ ਨਾ ਹੋਵੇ ਹਉਮੈ ਸ਼ਬਦ ਜਲਾਏ ਉਹਨੂੰ ਤਾਂ ਸੰਸਾਰ ਚੱਲ ਪੈਂਦਾ ਹੀ ਉਹਦੇ ਅੰਦਰ ਸ਼ੰਕਾ ਤਾਂ ਉਹਦੇ ਅੰਦਰ ਰਹਿੰਦੀ ਹੋਈ ਦੀ ਪੈਦਾ ਹੀ ਨਹੀਂ ਹੁੰਦੀ ਸ਼ੰਕਾ ਉਹਦੇ ਅੰਦਰ ਚਿੱਤਾ ਹੋ ਗਈ ਹਉਮੈ ਸ਼ਬਦ ਜਲਾਏ ਜਿਹੜੇ ਉਹਦੇ ਅੰਦਰ ਹੰਕਾਰ ਹੈ ਨਾ ਹੰਕਾਰ ਦਾ ਹੁਕਮ ਦਾ ਵਿਰੋਧ ਕਰਨਾ ਹੰਕਾਰ ਇੱਕ ਨਾਮ ਹੈ ਇੱਕ ਹੋਵੇ ਹੋਮੈ ਨਾਲ ਵਿਰੋਧ ਹੈ ਜੋ ਜਿਹੜੀ ਸ਼ਕਤੀ ਸਾਡੇ ਅੰਦਰ ਜਿਹੜੇ ਖਿਆਲ ਸਾਡੇ ਅੰਦਰ ਹੁਕਮ ਤੇ ਭਰੋਸਾ ਨਹੀਂ ਕਰ ਦਿੰਦੇ ਉਹਨੂੰ ਹੋਮੈ ਕਹਿੰਦੇ ਹਾਂ ਠੀਕ ਹੈ ਹੋਮੈ ਸ਼ਬਦ ਜਲਾਏ ਜਿਹੜਾ ਉਪਦੇਸ਼ ਹੈ ਇਹ ਜਾਣ ਦਿੰਦਾ ਹੋਮੈ ਨੂੰ ਸਾੜ ਦਿੰਦਾ ਸੁਧਰੇ ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਕੂੜੇ ਕੀ ਪਾਲ ਪਾਲ ਕਹਿੰਦੇ ਨੇ ਦੀਵਾਰ ਨੂੰ ਕਿ ਕੂੜੇ ਟੁੱਟੇ ਪਾਲ ਉਹ ਜਪਜੀ ਸਾਹਿਬ ਦੇ ਵਿੱਚ ਆਇਆ ਹੈ ਕੂੜ ਦੀ ਦੀਵਾਰ ਵਿੱਚੋਂ ਕਿਵੇਂ ਗਏ ਕਹਿੰਦੇ ਜੇ ਹੋ ਗਏ ਐਸਾ ਸਤਗੁਰ ਜੇ ਤੁਸੀਂ ਖੋਜ ਲਓ ਉਹ ਜਿਹੜਾ ਉਪਦੇਸ਼ ਕਰੂ ਉਹਦੇ ਨਾਲ ਕੂੜ ਦੀ ਦੀਵਾਰ ਢਹਿ ਜਾਣੀ ਹੈ ਕੂੜ ਦੀ ਕੰਧ ਗਿਰ ਜਾਣੀ ਹੈ ਵਿੱਚੋਂ ਕੂੜ ਦੀ ਕੂੜੇ ਕੀ ਪਾਲ ਵਿੱਚੋਂ ਨਿਕਲ ਜਾਂਦੀ ਹੈ ਕੂੜ ਜਿਹੜਾ ਝੂਠ ਦੀ ਦੀਵਾਰ ਹੈ ਵਿੱਚੋਂ ਢਹਿ ਜਾਂਦੀ ਹੈ ਯਾਨੀ ਮਨ ਪਾਸੇ ਹੋ ਜਾਂਦਾ ਮਨ ਦੀ ਕੂੜ ਦੀ ਦੀਵਾਰ ਹੈ ਮਨ ਭਰ ਜਾਂਦਾ ਮਨ ਆਪਣੀ ਹੜਤਰ ਵੀ ਉਹਦੀ ਹੜਤਰ ਵੀ ਛੱਡ ਦਿੰਦਾ ਸੱਚ ਵਸੈ ਮਨ ਆਏ ਸੱਚ ਮੰਤ ਬਣ ਜਾਂਦਾ ਸੱਚ ਕੱਲਾ ਰਹਿ ਜਾਂਦਾ ਬਲ ਝੂਠਾ ਜਿਹੜਾ ਇਹ ਬਸ ਬਰੇ ਜਾਂਦਾ ਤੇ ਚੁੱਪੇ ਹੋ ਜਾਂਦਾ ਹੈ ਬਸ ਛੱਡ ਦਿੰਦਾ ਆਪਣੀ ਆਦਤਾਂ ਸਾਰੀ ਵੀ ਛੱਡ ਦਿੰਦਾ ਪਤਾ ਮੇਰੀਆਂ ਜਿੰਨੀਆਂ ਵੀ ਮੇਰੇ ਜਤਨ ਨੇ ਜਿੰਨੀਆਂ ਵੀ ਮੇਰੀਆਂ ਜਤਰਾਈਆਂ ਨੇ ਜਿੱਤੇ ਵੀ ਮੇਰੇ ਇਹ ਜੋ ਦੁੱਖੇ ਪੈਦਾ ਹੋਏ ਨੇ ਅਜੇ ਤੱਕ ਦੁੱਖ ਨਹੀਂ ਪੈਦਾ ਹੋਇਆ ਇਹ ਛੱਡ ਕੇ ਸਤਿਗੁਰ ਦੀ ਉਪਦੇਸ਼ ਗੁਰਬਾਣੀ ਸੰਸਾਰ ਜੀਵਨ ਤੇ ਉਹ ਲੱਗ ਜਾ ਅੰਤਰ ਸ਼ਾਂਤ ਹਾਂਜੀ ਹੋ ਜਾਂਦੀ ਹੈ ਮਨ ਵਿੱਚ ਸੁੱਖ ਪੈਦਾ ਹੋ ਜਾਂਦਾ ਹੋਏ ਸੱਚ ਸੱਚੇ ਮਕਾਰ ਕਮਾਏ ਫਿਰ ਉਹ ਸੱਚ ਔਰ ਸੁਜੂ ਸੱਜਮ ਤੇ ਕੋੜੇ ਰਾਣੇ ਗੁਜ਼ਾਰਾ ਕਰ ਦੇਣ ਉਹ ਆਪਣੀਆਂ ਲੋੜਾਂ ਨਹੀਂ ਵਧਾਉਂਦਾ ਜਿਹੜਾ ਲੋੜਾਂ ਨੂੰ ਘਟਾਉਂਦਾ ਵਧਾਉਂਦਾ ਨਹੀਂ ਉਹ ਸੁਜੀਵੀ ਸੱਜਮ ਕਹਿੰਦੇ ਨੇ ਸਾਰੀ ਲੋੜਾਂ ਨੂੰ ਕੰਟਰੋਲ ਚ ਰੱਖ ਆਪਣਾ ਜਿੰਨਾ ਕੁਝ ਉਹਦੇ ਕੋਲ ਹੈ ਜਿਵੇਂ ਭਗਤਾਂ ਕੋਲ ਦੇਖੋ ਗਰੀਬੀ ਸੀ ਉਹਦੇ ਵਿੱਚ ਹੀ ਖੁਸ਼ ਸੀ ਉਹ ਸੱਜੀ ਵੀ ਸੀ ਬਸ ਖਰਚੇ ਘਟਾ ਲੈਣਾ ਸੱਜਮ ਕਾਰ ਕਮਾਈ ਠੀਕ ਹੈ ਜੀ ਕਾਰ ਤਾਂ ਜ਼ਰੂਰ ਸਾਰੀ ਕਾਰ ਕਰਦੇ ਨੇ ਪਰ ਉਹ ਮਾਇਆ ਦੀ ਦੌੜ 'ਚ ਨਹੀਂ ਪੈਂਦੀ ਮੇਰੇ ਕੋਲ ਵੀ ਕਾਰ ਚਾਹੀਦੀ ਹੈ ਆਹ ਚਾਹੀਦਾ ਬੰਗਲਾ ਚਾਹੀਦਾ ਉਹ ਚਾਹੀਦਾ ਇਹ ਸੱਜਮ ਨਹੀਂ ਹੈ ਇਹ ਤੁਹਾਨੂੰ ਪਰੇਸ਼ਾਨੀ ਪੈਦਾ ਕਰੂਗਾ ਇਹਦੇ ਨਾਲ ਜਿਵੇਂ ਕਬੀਰ ਜੀ ਕਹਿੰਦੇ ਸਾਧਗੀ ਸੰਗ ਨਾਲ ਛੋੜੀਏ ਜੋਂ ਕੀ ਪੂਸੀ ਖਾਓ ਹੈ ਜੀ ਹਾਂ ਠੀਕ ਹੈ ਜੀ ਨਾਨਕ ਪੂਰੇ ਕਰਮ ਸਤਿਗੁਰ ਮਿਲੇ ਹਰ ਜੀਉ ਕਿਰਪਾ ਕਰੇ ਰਜਾਈ ਨਾਲ ਪੂਰੇ ਕਰਮ ਸਤਿਗੁਰ ਮਿਲੇ ਇਹ ਐਸਾ ਸਤਿਗੁਰ ਜੇ ਮਿਲ ਜਵੇ ਨਾ ਕਿਸੇ ਨੂੰ ਉਹ ਬਹੁਤਿਆਂ ਨੂੰ ਤਾਂ ਕਹਿੰਦੇ ਮਿਲਿਆ ਹੀ ਨਹੀਂ ਛੋੜਦੇ ਰਹੇ ਉਹ ਦੂਜਿਆਂ ਨੂੰ ਜਾ ਕੇ ਬਸ ਫਿਰ ਐ ਹੋ ਗਏ ਜਿਵੇਂ ਗੁਰੂ ਨਾਨਕ ਨੂੰ ਮਿਲ ਗਿਆ ਜਿਵੇਂ ਗੁਰੂ ਨਾਨਕ ਨੇ ਗੱਲ ਸਮਝ ਲਈ ਤਾਂ ਫੜਕ ਉਹ ਗੈਸ ਨੂੰ ਅੱਗ ਪੈਂਦੀ ਹੈ
ਐ ਭੈ ਜੈ ਸਭ ਉਹਦਾ ਤਾਂ ਸਪਾਰਕ ਦੀ ਲੋੜ ਸੀ ਜਰਾ ਗੁਰੂ ਸਮਝੂ ਸੀ ਸਬੂਤ ਹੈ ਨਹੀਂ ਮਿਲਦਾ ਨਾਮ ਗੁਰੂ ਨਾਨਕ ਬਾਰੇ ਕੋਈ ਉਹਨੂੰ ਗਿਆਨ ਹੋਇਆ ਕਿਵੇਂ ਤੱਕੋਂ ਹੋਇਆ ਠੀਕ ਹੈ ਜੀ ਨਾਨਕ ਪੂਰੇ ਕਰਮ ਸਤਿਗੁਰੂ ਮਿਲੇ ਹਰ ਜੀਓ ਕਿਰਪਾ ਕਰੇ ਰਜ਼ਾਈ ਪੂਰਾ ਹੀ ਕਰਮ ਹੋਵੇ ਆਪਣੀ ਗੱਲ ਕਰ ਅਸਾ ਕਿ ਹੱਡ ਬੀਤੀ ਕਹਿ ਲੈਣਾ ਹਾਂਜੀ ਹਾਂ ਇਹਦੇ ਵਿੱਚ ਇਤਿਹਾਸ ਛੁਪਿਆ ਹੋਇਆ ਗੁਰੂ ਅਮਰਦਾਸ ਦਾ ਆਪਣਾ ਠੀਕ ਪੂਰੇ ਕਰਮ ਹੋਵੇ ਪੂਰਾ ਹੀ ਕਰਮ ਹੋਵੇ ਪੂਰੀ ਉਹ ਕਿਰਪਾ ਹੋਵੇ ਐਸਾ ਸਤਿਗੁਰ ਤਾਲ ਮਿਲਦਾ ਇਹ ਤਾਂ ਭਾਗੇ ਸੀ ਨਾ ਹਾਂਜੀ ਤੇ ਉਹਨਾਂ ਗੱਲ ਪੈ ਗਈ ਕਦਲ ਨਹੀਂ ਕਾਇਲ ਕਰਦੇ ਕਹਿੰਦੇ ਜਦੇ ਆ ਗਏ ਖਡੂਰ ਸਾਹਿਬ ਪੂਰੇ ਕਰਮ ਸਤਿਗੁਰ ਦੇ ਐਸਾ ਸਤਿਗੁਰ ਪੂਰੇ ਕਰਮ ਕਰਤੀ ਹਰ ਜੀ ਉਹ ਕਿਰਪਾ ਕਰੇ ਰਜਾਏ ਹਾਂਜੀ ਹਰ ਜੀ ਉਹ ਕਿਰਪਾ ਕਰੇ ਰਜਾਏ ਹਰ ਜੀ ਉਹ ਕਿਰਪਾ ਵੀ ਕਰੇ ਅਰ ਉਹਦੀ ਮਰਜ਼ੀ ਵੀ ਹੋਵੇ ਉਹਦੀ ਰਜ਼ਾ ਚ ਵੀ ਚੱਲੇ ਰਜਾ ਜੇ ਚੱਲੇ ਤੇਰੀ ਕਿਰਪਾ ਹੋਣੀ ਹੈ ਨਾਲ ਇਹ ਸ਼ਰਤ ਲਾਤੀ ਜਿਹੜਾ ਹੁਕਮ ਰਜਾਈ ਚੱਲਣਾ ਜਿਹੜਾ ਹੈਗਾ ਇਹਦੇ ਬਿਨਾਂ ਕਿਰਪਾ ਨਹੀਂ ਹੋਣੀ ਪਾਣੇ ਚ ਪਹਿਲਾਂ ਚੱਲਣਾ ਪੈਣਾ ਕਿਰਪਾ ਬਾਅਦ ਚ ਹੋਣੀ ਹਾਂਜੀ ਪੌੜੀ ਜਿਸ ਕੈ ਘਰ ਦੀ ਬਾਣ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਕਿਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਦੱਸੋ ਇਹ ਭਗਤੀ ਦੇ ਅਰਥ ਜੇ ਕਰੀਏ ਇਹਦੇ ਤਾਂ ਬਹੁਤ ਉਲਟ ਪੁਲਟ ਅਰਥ ਹੋ ਜਾਂਦੇ ਸਾਰਾ ਜਗਤ ਉਹਦੀ ਮੁੱਠੀ ਚ ਆ ਜੇ ਕਿਸੇ ਆਦਮੀ ਦੀ ਚ ਉਹ ਤਾਂ ਰੱਬ ਆਪੇ ਹੋ ਗਿਆ ਇਸ ਤਰੀਕੇ ਨਾਲ ਇਹਦੇ ਅਖਰੀ ਅਰਥ ਨਹੀਂ ਕਰ ਸਕਦੇ ਅਖਰੀ ਅਰਥ ਤੇ ਸਮਝਦੇ ਹੋ ਜੇ ਅਖਰੀ ਅਰਥ ਕਰੀਏ ਕਿਦੋਂ ਨੂੰ ਜਾਊਗੀ ਗੱਲ ਹਾਂਜੀ ਅਸਲ ਦੇ ਵਿੱਚ ਗੱਲ ਕੀ ਹੈ ਜੇ ਸਿੱਕੇ ਘਰ ਦੀਵਾਨ ਹਰ ਹੋਵੇ ਜਿਹਦੇ ਹਿਰਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੋਵੇ ਜਾਂ ਨਾਨਕ ਕਹਿੰਦਾ ਤੁਰਕੀ ਬਾਣੀ ਆਈ ਜਿਹਦੇ ਅੰਦਰ ਤੁਰਕੀ ਬਾਣੀ ਆ ਜਾਵੇ ਸਿੱਕੀ ਮੁੱਠੀ ਵਿੱਚ ਜਗਤ ਸਭ ਆਇਆ ਕਿਵੇਂ ਆਇਆ ਉਹ ਸਭ ਠੀਕ ਜੇ ਤੂੰ ਮੇਰਾ ਹੋਏ ਰਹਿਣਾ ਤਾਂ ਸਭ ਜਗ ਤੇਰਾ ਹੋਏ ਬਸ ਇਹਦੀ ਇਹੀ ਵਿਆਖਿਆ ਅੱਛਾ ਹੋਰ ਅਸੀਂ ਇਹਦੀ ਵਿਆਖਿਆ ਨਹੀਂ ਕਰ ਸਕਦੇ ਇੱਕ ਪੰਕਤੀ ਜੇ ਦੀ ਵਿਆਖਿਆ ਜੇ ਤੂੰ ਮੇਰਾ ਹੋਏ ਰਹਿਣਾ ਸਭ ਜਗ ਤੇਰਾ ਹੋਏ ਬਸ ਇਹਦੀ ਵਿਆਖਿਆ ਹੈ ਇਸ ਪੰਕਤੀ ਦੀ ਠੀਕ ਹੈ ਹਾਂਜੀ ਤਿਸ ਸਿਉ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਇਸ ਕੀ ਤਲਕੀ ਉਹਦੀ ਕਿਸੇ ਨਾਲ ਕੋਈ ਰਜਿਸ਼ ਨਹੀਂ ਕਿਸੇ ਨਾਲ ਉਹਦਾ ਵੈਰ ਨਹੀਂ ਵਿਰੋਧ ਨਹੀਂ ਹੈ ਵੈਰ ਵਿਰੋਧ ਚ ਤਾਂ ਅੱਗੇ ਬਥੇਰੇ ਜਨਮ ਗਵਾ ਲਏ ਇਹ ਲੋਕਾਂ ਨੂੰ ਦੇਖਿਆ ਵੈਰ ਵਿਰੋਧ ਦਾ ਗੁਰਮੁਖਾਂ ਨੂੰ ਸਾਡੀ ਸਾਡੀ ਬੇਇੱਜ਼ਤੀ ਕਰਦੇ ਨੇ ਸਾਡੇ ਨਾਲ ਸਾਡੀ ਵੈਰ ਕਰਦੇ ਨੇ ਉਹਨਾਂ ਨੂੰ ਭੁਲੇਖਾ ਹੁੰਦਾ ਨਹੀਂ ਤਾਂ ਉਹ ਕਹਿੰਦੇ ਨੇ ਵੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ ਬਰੋ ਲੋਭ ਕ੍ਰੋਹ ਆਹੂ ਜੁਗਤ ਬਿਆਨੇ ਕਈ ਜਨਮ ਬਾਕੀ ਜਨਮਾਂ ਚ ਤਾਂ ਇਹ ਸਭ ਕੁਝ ਛੱਡਿਆ ਨਹੀਂ ਮੈਂ ਤਾਂ ਹੀ ਜਨਮ ਲੈਂਦਾ ਰਿਹਾ ਹੁਣ ਤਰਕੀ ਕਿਹਦੇ ਨਾਲ ਖੁੱਲੀ ਉਹਨੂੰ ਕਿਸੇ ਕੋਈ ਉਹਨੂੰ ਉਲਟਾ ਫੁਲਟਾ ਵੀ ਕਹਿ ਦੇ ਉਹਦੇ ਵੀ ਉਹ ਗੱਲ ਦੀ ਤਲਕੀ ਕਰਦਾ ਹੀ ਨਹੀਂ ਗੁੱਸਾ ਹੀ ਗੁੱਸਾ ਨਹੀਂ ਕਰਦਾ ਕਿਸੇ ਦਾ ਜੋ ਉਲਟ ਫੁਲਟ ਵੀ ਬੋਲ ਦੇਵੇ ਉਹ ਕਹਿੰਦੇ ਉਹ ਉਹਨੂੰ ਆਈ ਕੇ ਜੋ ਕਰ ਦਿੰਦਾ ਚਲੋ ਇਹ ਸਟੇਜ ਖੜਾ ਇਹਦੇ ਅੰਦਰ ਵੈਰ ਵਿਰੋਧ ਹੈ ਗੱਲ ਕਹਿਣੀ ਹੈ ਇਹਨੂੰ ਹੱਕ ਵੀ ਹੈ ਕਹਿਣ ਦਾ ਕੋਈ ਆਪ ਕਹੇ ਉਹਨੇ ਤਲਕੀ ਕਰਦੇ ਇਸ ਗੱਲ ਦੀ ਤਲਕੀ ਤਾਂ ਪਰਮੁਖ ਕਰਦੇ ਨੇ ਹਰ ਤਿਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਹਰ ਦੀਵਾਨ ਸਭ ਜਿਹੜਾ ਹਰ ਦੀਵਾਨ ਹੈ ਸਭ ਆਣ ਪੈਰੀ ਪਾਇਆ ਹਰ ਦੀਵਾਨ ਕੌਣ ਹੈ ਹਰ ਕੇ ਲੋਕ ਜਿਹੜੇ ਗੁਰਮੁਖ ਨੇ ਨਾ ਗੁਰਸਿੱਖ ਨੇ ਇਹ ਹਰ ਦੀਵਾਨ ਹੁੰਦਾ ਦੀਵਾਨ ਚੋਰੀ ਬੈਠੂਗਾ ਜਿਹੜਾ ਰਾਜੇ ਨੂੰ ਮੰਨਦਾ ਰਾਜਾ ਠੀਕ ਹੈ ਜਿਹੜਾ ਰਾਜੇ ਨੂੰ ਰਾਜਾ ਹੀ ਮੰਨਦਾ ਉਹ ਦੀਵਾਨ ਉਹਦਾ ਬਾਕੀ ਹੈ ਆਕੀ ਹੈ
ਜਿਹੜੇ ਗੁਰਬਾਣੀ ਤੋਂ ਆਖੀ ਸੀ ਨਾ ਉਹ ਤਾਂ ਨਹੀਂ ਸੀ ਗੁਰੂ ਘਰ ਚੋਂਦੇ ਜਿਹੜੇ ਗੁਰਸਿੱਖ ਸੀ ਸਕੂਲ ਲੈਂਦੇ ਸੀ ਦੂਏ ਤੋਂ ਵੀ ਸੁਣ ਲੈਂਦੇ ਸੀ ਉਹ ਵੀ ਆਣ ਪੈਰੀ ਪਾਇਆ ਉਹ ਵੀ ਆਣ ਕੇ ਹਾਜ਼ਰੀ ਭਰਦੇ ਸੀ ਉੱਥੋਂ ਕੁਛ ਨੂੰ ਕੁਛ ਸਿੱਖਦੇ ਸੀ ਆਉਣ ਲੱਗ ਜਾਂਦੇ ਸੀ ਸੰਗਤ ਬਣ ਜਾਂਦੀ ਸੀ ਹਰ ਦੀਵਾਨ ਉਹਨੂੰ ਕਹਿੰਦੇ ਨੇ ਜਿਹੜੇ ਹਰਕੇ ਲੋਕ ਹੋਣ ਜਿਹੜਾ ਆਪਾਂ ਦੀਵਾਣੀ ਦੀ ਗੱਲ ਕੀਤੀ ਹੈ ਇੱਕ ਸ਼੍ਰੀ ਰਾਗ ਕੀ ਵਾਰ ਵਿੱਚ ਵੀ ਆਪਾਂ ਨੂੰ ਸ਼ਲੋਕ ਆਇਆ ਸੀ ਜੋ ਮਿਲਿਆ ਹਰ ਦੀਵਾਨ ਸਿਓ ਸੋ ਸਭਨੀ ਦੀਵਾਨ ਮਿਲਿਆ ਇਹ ਵੀ ਉਹੀ ਗੱਲ ਹੋ ਰਹੀ ਹੈ ਹਾਂਜੀ ਉਹੀ ਗੱਲ ਸੰਗਤ ਜਿਹੜੀ ਸੰਗਤ ਹੈ ਗੁਰੂ ਦੀ ਹਰ ਦੀਵਾਨ ਹੈ ਉਹ ਹਾਂਜੀ ਤੇ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਦੇ ਮੂੰਹ ਡਿੱਠੇ ਸਭ ਪਾਪੀ ਤਰਿਆ ਇਸ ਗੱਲ ਦਾ ਇਸ਼ਾਰਾ ਉੱਥੇ ਵੀ ਕਰਕੇ ਆਏ ਆ ਤੀਸਰੇ ਪਾਤਸ਼ਾਹ ਜੀ ਹਾਂਜੀ 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 ਠੀਕ ਹੈ ਜੀ ਬਾਣੀ ਆਪਣੇ ਆਪ ਪਰਾ ਦੁਆਰਾ ਅਰਥਾਈ ਜਾਂਦੀ ਹੈ ਹਾਂਜੀ ਪਿੱਛੇ ਵੀ ਆਈ ਹੋਈ ਹੈ ਉਹਨਾਂ ਨੇ ਗੱਲਾਂ ਨੂੰ ਰਿਪੀਟ ਕੀਤਾ ਤਾਂ ਕਿ ਕੋਈ ਉਹਦਾ ਗਲਤ ਅਰਥ ਨਾ ਲਾ ਲਵੇ ਹਾਂਜੀ ਮਾਨਸਾ ਕਿਉਂ ਦੀਵਾਨੋ ਕੋਈ ਨਸ ਭਜ ਨਿਕਲੇ ਹਰ ਦੀਵਾਨੋ ਕੋਈ ਕਿੱਥੇ ਜਾਇਆ ਉਹ ਜਿਹੜੇ ਆਇਆ ਹੈ ਰਾਜਿਆਂ ਦੇ ਦੀਵਾਨ ਨੇ ਇਹ ਤੋਂ ਤਾਂ ਨਸ ਭੱਜ ਕੇ ਕੋਈ ਆਕੀ ਹੋ ਜਾਂਦਾ ਜੇ ਕੋਈ ਨਿਕਲ ਗਿਆ ਸੀ ਉਹ ਸ਼ਿਵਾਜੀ ਵੀ ਨਿਕਲ ਗਿਆ ਸੀ ਦੀਵਾਨ ਤੋਂ ਉਹਦੇ ਕਬਜ਼ੇ 'ਚੋਂ ਹਾਂਜੀ ਉਹ ਇਹਦੇ ਕਬਜ਼ੇ 'ਚੋਂ ਤਾਂ ਕੋਈ ਨਿਕਲ ਜੂ ਰਾਜੇ ਦੇ ਸੰਸਾਰੀ ਹਰ ਦੇ ਕਬਜ਼ੇ 'ਚੋਂ ਕਿੱਥੇ ਜਾਊ ਕੋਈ ਨਸ ਭੱਜ ਕੇ ਠੀਕ ਹੈ ਜੀ ਹਰ ਦੀਵਾਨ ਜਿਹੜੇ ਨਹੀਂ ਆਉਂਦੇ ਆਕੀ ਦੇ ਭੱਜ ਕੇ ਜਾਣਗੇ ਕਿੱਥੇ ਉਹ ਹਾਂਜੀ ਵੇ ਭਾਈ ਰਾਜਿਆਂ ਦੇ ਤਾਂ ਬਥੇਰੇ ਆਕੀ ਹੁੰਦੇ ਨੇ ਹਾਂਜੀ ਉਹ ਤਾਂ ਦੌੜ ਕੇ ਦੂਸਰੇ ਦੇ ਰਾਜ ਚਲੇ ਜਾਂਦੇ ਆ ਜੀ ਹਾਂ ਉਹ ਹਾਲ ਦੇ ਦਿਵਾਨ ਜੇ ਕੋਈ ਨਹੀਂ ਆਉਂਦਾ ਆਕੀ ਹੋ ਜਾਊਗਾ ਜਾਊਗਾ ਕਿੱਥੇ ਭੱਜ ਕੇ ਜਿੰਨਾ ਲੋਕਾਂ ਦਾ ਹਰਦਾ ਰਾਜ ਹੈ ਠੀਕ ਹੈ ਕੋਈ ਕਿੱਥੇ ਜਾਏ ਜਾਊਗਾ ਅਖੀਰ ਕਿੱਥੇ ਜਿਹੜਾ ਹਰ ਕੇ ਦਰਬਾਰ ਚ ਨਹੀਂ ਆਉਂਦਾ ਕੋਈ ਢੋਈ ਦਊਗਾ ਉਹਨੂੰ ਠੀਕ ਹੈ ਜੀ ਕਿਤੇ ਢੋਈ ਨਹੀਂ ਇਨਾ ਲੋਕਾਂ ਨੇ ਢੋਈ ਹੋਈ ਨਹੀਂ ਹੈ ਕਿਤੇ ਉਹ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦੈ ਤਿਨੀ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਇਸ ਕਰਕੇ ਐਸਾ ਦੀਵਾਨ ਤਾਂ ਭਗਤਾਂ ਦੇ ਹਿਰਦੇ 'ਚ ਵਸਦਾ ਹੁੰਦਾ ਹੈ ਭਗਤਾਂ ਦੇ ਹਿਰਦੇ 'ਚ ਪ੍ਰੀਅ ਸਤ ਸੰਗਤ ਉਹ ਜਿਵੇਂ ਕਹਿੰਦੇ ਨੇ ਮੈਨੂੰ ਦੱਸਿਆ ਨਹੀਂ ਉਹ ਕਹਿੰਦਾ ਸਤ ਸੰਗਤ ਅੱਗੇ ਉਹ ਸਤ ਸੰਗਤ ਦਾ ਅੰਦਰ ਹੈ ਬਾਣ ਅੰਦਰ ਅੰਤਰਾਤਮਾ ਜਿਤ ਸਕਿਆ ਮਨ ਸਕਿਆਰਾ ਹੋ ਕੇ ਉਹਦੇ ਨਾਲ ਜੁੜ ਜਾਂਦਾ ਤੇ ਹਰਕਾ ਦੀਵਾਨ ਬਣ ਗਿਆ ਉਹ ਤਾਂ ਹੀ ਕਿਹਾ ਨਾ ਜਿਸ ਕੇ ਘਰ ਹਰਕਾ ਦੀਵਾਨ ਹੋਵੇ ਸਭ ਦੇ ਅੰਦਰੇ ਬਣਦੇ ਹਰ ਦੀਵਾਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਜਿਹੜੇ ਰਹਿੰਦੇ ਖੁੰਦੇ ਹੁੰਦੇ ਨੇ ਅੱਗੇ ਉਹ ਆ ਕੇ ਹੀ ਉਹਨਾਂ ਦਾ ਦਸਵਾਂ ਦੁਆਰ ਖੁੱਲਦਾ ਇਹ ਜਿਹੜਾ ਦਸਮ ਦਵਾਰ ਹੈ ਇਹ ਹੀ ਤਾਂ ਹਰਕਾ ਦੀਵਾਨ ਹੈ ਹੋਰ ਹਰਕਾ ਦੀਵਾਨ ਜਿਹੜਾ ਹੈ ਉੱਧਰ ਇਹ ਹੈ ਸਭ ਤੇ ਜਿਹਦਾ ਖੁੱਲ ਗਿਆ ਬੱਜਰ ਕਪਾੜ ਖੁੱਲ ਗਏ ਜਿਹਦੇ ਫਸਟ ਹਰਕਾ ਦੀਵਾਨ ਉਹਦੇ ਅੰਦਰ ਭਗਤਾਂ ਦੀ ਸੰਗਤ ਨਾਲ ਖੁੱਲ ਜਾਂਦਾ ਖੁਲਵਾਇਆ ਉਹਨੇ ਖੁਲਵਾਇਆ ਉਪਦੇਸ਼ ਨਾਲ ਖੁੱਲਦਾ ਇਹ ਹਾਂਜੀ ਨਹੀਂ ਖੁੱਲਿਆ ਉਹਨਾਂ ਦਾ ਖੁੱਲ ਜਾਂਦਾ ਜਿਹੜੇ ਗੁਰਸਿੱਖ ਹੁੰਦੇ ਨੇ ਕਹਿਣ ਦਾ ਭਾਵ ਵੀ ਭਗਤਾਂ ਦਾ ਹੀ ਭਗਤਾਂ ਦੀ ਉਹ ਟੇਕ ਲੈਣੀ ਪਏਗੀ ਹਾਂ ਭਗਤਾਂ ਤੋਂ ਹੀ ਉਪਦੇਸ਼ ਲੈਣਾ ਗੁਰਸਿੱਖ ਭਗਤੇ ਹੈ ਹਾਂਜੀ ਇਹ ਗੁਰਬਾਣੀ ਹੈ ਜਿਹੜੀ ਇਹ ਉਪਦੇਸ਼ ਦੇਣਾ ਗੁਰਸਿੱਖ ਨੇ ਵੀ ਉਪਦੇਸ਼ ਇਹ ਲਿਖਿਆ ਹੋਇਆ ਤਾਂ ਹੀ ਇਹ ਪੋਥੀ ਨੂੰ ਪਰਮੇਸ਼ਰ ਦਾ ਥਾਂ ਕਿਹਾ ਹੈ ਠੀਕ ਹੈ ਜੀ ਉਹ ਪਰਮੇਸ਼ਰ ਨੇ ਤਾਂ ਬੋਲਿਆ ਸੀ ਭਗਤਾਂ ਨੇ ਸੁਣਿਆ ਸੀ ਭਗਤਾਂ ਨੇ ਜੋ ਬੋਲਿਆ ਸੁਣਿਆ ਸੀ ਉਹੀ ਲਿਖ ਦਿੱਤਾ ਉਹਦੀ ਬਰਾਬਰੀ ਉਹਦੇ ਤੱਕ ਗਾਣ ਹੈ ਪਰਮੇਸ਼ਰ ਦੀਆਂ ਹੈ ਉਹਦੀ ਜਗ੍ਹਾ ਸਾਨੂੰ ਅੱਖਰ ਬੁਲਾਉਂਦੇ ਨੇ ਉਹਨਾਂ ਨੂੰ ਪਰਮੇਸ਼ਰ ਬੁਲਾਉਂਦਾ ਸੀ ਜਿਵੇਂ ਫਰਮਾਉਂਦਾ ਸੀ ਉਹਨੇ ਅੱਖਰ ਪਾਏ ਨੇ ਉਹਨੇ ਅੱਖਰ ਉਹਦੀ ਜਗ੍ਹਾ ਲੈ ਲਈ ਅੱਖਰਾਂ ਦੇ ਪਰਮੇਸ਼ਰ ਦੀ ਜਗ੍ਹਾ ਲਈ ਹੋਈ ਹੈ ਉਹਦੀ ਜਗ੍ਹਾ ਇਹ ਅੱਖਰ ਇਹਨਾਂ ਅੱਖਰਾਂ ਦੇ ਕੋਈ ਗੁਰਮੁਖ ਖੋਜੇ ਇਹਨਾਂ ਜੋ ਖੋਜ ਲੋ ਸਭ ਕੁਝ ਕਰ ਲੈ ਇਹਦੇ ਵਿੱਚੋਂ ਹੀ ਮਿਲ ਜਾਂਦੀ ਹੈ ਤੁਹਾਨੂੰ ਵਿਧੀ ਹੈ ਜਿਹੜੀ ਖੁਲਵਾਉਣ ਦੀ ਨਾ ਵਿਧੀ ਉਹ ਵਿਧੀ ਇੱਕ ਦਰਜਾ ਹੈ ਕਿਵੇਂ ਖੁਲਦਾ ਹੁੰਦਾ ਦਸਮ ਦਵਾਰ ਤਿਰਕੁਟੀ ਕਿਵੇਂ ਛੁੱਟਦੀ ਹੁੰਦੀ ਹੈ ਉਹ ਵਿਧੀ ਅੱਖਰਾਂ ਦਰਜ ਕਰਦੀ ਠੀਕ ਹੈ ਜੀ ਹਰ ਨਾਮ ਹੈ ਕੀ ਵਡਿਆਈ
ਕਰਮ ਪ੍ਰਾਪਤ ਹੋਵੇ ਗੁਰਮੁਖੀ ਵਿਰਲੇ ਕਿਨੇ ਤੇ ਆਇਆ ਹਰ ਨਾਮ ਦੀ ਵਡਿਆਈ ਕਰਮ ਪ੍ਰਾਪਤ ਹੋਵੇ ਜਿਹੜੀ ਹਰ ਨਾਮ ਦੀ ਵਡਿਆਈ ਹੈ ਗੁਰਬਾਣੀ ਹਰ ਨਾਮ ਦੀ ਵਡਿਆਈ ਹੈ ਜਿਨ੍ਹਾਂ ਨੇ ਤਾਂ ਪਾਈ ਇਹ ਬੋਲੀ ਹੈ ਕਿਹਾ ਜਿਨ੍ਹਾਂ ਨੇ ਪੜ੍ਹੀ ਹੈ ਸੁਣੀ ਹੈ ਜਿਨ੍ਹਾਂ ਨੂੰ ਇਹਦੀ ਸੰਗਤ ਮਿਲੀ ਹੈ ਇਹ ਵੀ ਕਰਵਾ ਗੁਰਸਿੱਖਾਂ ਦੇ ਘਰ ਜਨਮ ਹੋਣਾ ਇਹ ਵੀ ਇੱਕ ਕਿਰਪਾ ਹੈ ਗੁਰਸਿੱਖ ਦੇ ਜਨਮ ਹੋ ਕੇ ਗੁਰਬਾਣੀ ਨਾਲ ਜੁੜਨਾ ਇਹ ਇੱਕ ਹੋਰ ਉਦੋਂ ਵੱਡੀ ਕਿਰਪਾ ਹੈ ਗੁਰਬਾਣੀ ਨਾਲ ਜੁੜ ਕੇ ਸੁਣ ਕੇ ਸਮਝ ਕੇ ਉਦੋਂ ਬੋਲ ਲੈਣਾ ਇਹ ਹੋਰ ਵੱਡੀ ਕਿਰਪਾ ਹੈ ਹੋਰ ਵੱਡੀ ਨਹੀਂ ਇਹ ਪੂਰਨ ਤਿੰਨ ਸਟੈਪਾਂ ਤੇ ਆ ਕੇ ਕਿਰਪਾ ਪੂਰਨ ਹੁੰਦੀ ਹੈ ਜੇ ਪੂਰੀ ਕਿਰਪਾ ਉੱਤੇ ਆਇਆ ਪੂਰੀ ਕਿਰਪਾ ਹੋਏ ਗੁਰਸਿੱਖਾਂ ਦੇ ਘਰ ਜਨਮ ਲੈਣਾ ਅਧੂਰੀ ਕਿਰਪਾ ਪੂਰੀ ਦੀ ਗੁਰਬਾਣੀ ਸੁਣ ਲੈਣਾ ਨਾ ਮੰਨਣਾ ਇਹ ਵੀ ਅਧੂਰੀ ਕਿਰਪਾ ਹੈ ਪਾਠ ਜਵਾਨੀ ਆਦ ਹੈ ਸਾਰੇ ਸੁਖਮਣੀ ਸਾਹਿਬ ਦੇ ਪਾਠ ਕਰਦਾ ਨਿਤਨੇਮ ਕਰਦਾ ਪਰ 100% ਹੀ ਬੰਦ ਮੰਨਿਆ ਨਹੀਂ ਕਿਰਪਾ ਅਧੂਰੀ ਹੈ ਜਦ ਮਨ ਮੰਨਿਆ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਾਂ ਹਰ ਜਾਂਦਾ ਪੂਰਨ ਕਿਰਪਾ ਹੋ ਇਹ ਪੂਰੀ ਕਿਰਪਾ ਜਿਹਨੂੰ ਸਿੱਖਾ ਦੇ ਘਰ ਜਨਮ ਉਹ ਵੀ ਪੂਰੀ ਕਿਰਪਾ ਹੈ ਜਿਹਨੂੰ ਗੁਰਬਾਣੀ ਨਾਲ ਸੰਪਰਕ ਹੋ ਗਿਆ ਉਹਨੂੰ ਵੀ ਉਹਦੇ ਤੇ ਵੀ ਕਿਰਪਾ ਹੀ ਹੈ ਪੂਰਨ ਕਿਰਪਾ ਨੇ ਲਿਖਿਆ ਕਿ ਕਿਰਪਾ ਹੀ ਲਿਖਿਆ ਗੁਰਮੁਖੀ ਵਿਰਲੇ ਕਿਨੇ ਤੇ ਆਇਆ ਹਾਂ ਪ੍ਰਾਪਤੀ ਕਿਨੇ ਕਿਸੇ ਗੁਰੂ ਦੇ ਰੂਪ ਦੀ ਜਿਹੜੇ ਨੂੰ ਪ੍ਰਾਪਤੀ ਹੋ ਗਈ ਉਹਦੇ ਪੂਰਨ ਠੀਕ ਹੈ ਜੀ ਪ੍ਰਾਪਤੀ ਵਾਲੇ ਨੂੰ ਭਰੋਸੇ ਨਾਲ ਪੂਰਨ ਪ੍ਰਾਪਤੀ ਦੀ ਹੋਈ ਉੱਤੇ ਇਹੀ ਆਪਾਂ ਪੜ੍ਹਦੇ ਹਾਂ ਉਹੀ ਪ੍ਰਸੰਗ ਚੱਲਦਾ ਇੱਕ ਸਾਖੀ ਚੱਲ ਰਹੀ ਹੈ ਇੱਕ ਵਿਧੀ ਚੱਲ ਰਹੀ ਹੈ ਕਿਵੇਂ ਪੂਰਨ ਕਿਰਪਾ ਹੋਊ ਕਿਵੇਂ ਬਦਲਾ ਹੋਊ ਕਿਵੇਂ ਮੁਕਤੀ ਮਿਲੂ ਕਿਵੇਂ ਜਗਤ ਤੁਹਾਡਾ ਸਾਰਾ ਮੁੱਠੀ ਜੋ ਜੂਗਾ ਇਹ ਸਾਰੀ ਇੱਕ ਵਿਧੀ ਇਹਦੇ ਦਰਜ ਕੀਤੀ ਹੋਈ ਸਾਖੀ ਦੇ ਤੌਰ ਤੇ ਕਹਾਣੀ ਦੇ ਤੌਰ ਤੇ ਹਾਂ ਠੀਕ ਹੈ ਜੀ ਇੱਥੇ 14ਵੀਂ ਪੌੜੀ ਸਮਾਪਤੀ ਹੈ ਜੀ ਹਾਂਜੀ